ਉਹਦਾ ਗੁੱਸਾ ਬਹੁਤ ਸੀ ਲੋਕਾਂ ਚ ਤੇ ਉਹਦਾ ਹਸ਼ਰ ਹੋਇਆ ਵੀ ਉਹਨੂੰ ਨੰਗਾ ਕਰ ਦਿੱਤਾ ਗਿਆ ਤੇ ਸੀਐਮਐਲ ਨਰਾਂਗ ਨੂੰ ਕਹਾਂ ਵੀ ਤੁਸੀਂ ਕਹਿ ਦਿਓ ਵੀ ਇਹ ਕਾਨੂੰਨ ਹੈ ਜਿਹੜੇ ਇਹ ਲੋਕ ਮਾਰੂ ਹੈ ਬੜਾ ਪਰਿਵਾਰਾਂ ਨੂੰ ਸੰਭਾਲਿਆ ਤੇ ਹੋਰ ਬਹੁਤ ਸਾਰੇ ਮਿੱਤਰ ਬਣੇ ਸਾਡੇ ਜੇਲ੍ਹ ਚ ਮੁੰਡੇ ਚੰਗੇ ਚੰਗੇ ਮੁੰਡੇ ਆ ਚਲੋ ਕਿਸੇ ਕਾਰਨ ਉਹ ਬੈਠੇ ਆ ਜਾਂ ਪਰ ਤੁਸੀਂ ਉਹ ਜੋ ਦਰ ਘਟਨਾ ਹੋਈ ਉਹ ਨੂੰ ਸਾਰਾ ਸਹੀ ਮੰਨਦੇ ਅੱਜ ਜੋ ਤੁਹਾਡੀ ਅਸੀਂ ਮੁਲਾਕਾਤ ਕਰਾ ਰਹੇ ਆ ਉਹ ਅਸੀਂ ਕਰਾ ਰਹੇ ਆ ਲੱਖਾ ਸ਼ਰਮਾ ਜੀ ਨਾਲ ਜੋ ਕਿ ਬੀਕੇਯੂ ਵਾਈਸ ਪ੍ਰੈਜ਼ੀਡੈਂਟ ਨੇ ਸਤਿ ਸ਼੍ਰੀ ਅਕਾਲ ਲੱਖਾ ਸ਼ਰਮਾ ਜੀ ਸਤਿ ਸ਼੍ਰੀ ਗੁਰੂ ਜੀ ਬਹੁਤ ਬਹੁਤ ਧੰਨਵਾਦ ਇਹ ਉਹ ਲੱਖਾ ਸ਼ਰਮਾ ਜੀ ਨੇ ਜੋ ਕਿ ਅ ਅੱਜ ਤੋਂ ਕਾਫੀ ਮਹੀਨੇ ਪਹਿਲਾਂ ਮਲੋਟ ਦੇ ਵਿੱਚ ਜੋ ਘਟਨਾ ਹੋਈ ਸੀ ਐਮ ਐਲ ਏ ਬੀ ਜੀ ਪੀ ਦੇ ਐਮ ਐਲ ਏ ਨੂੰ ਅ ਐਮ ਐਲ ਏ ਨੂੰ ਜੋ ਕਹਿ ਰਹੇ ਸੀ ਕੱਪੜੇ ਪਾੜ ਕੇ ਉਹਨਾਂ ਦਾ ਜਿਵੇਂ ਕਹਿ ਰਹੇ ਸੀ ਗਲਤ ਹੋਇਆ ਪਰ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਇਆ ਵਾ ਸੀਗਾ ਤੇ ਬਾਕੀ ਹੋਰ ਵੀ ਜੋ ਜਥੇਬੰਦੀ ਜੋ ਧਰਨਾ ਚੱਲਿਆ ਦਿੱਲੀ ਦੇ ਵਿੱਚ ਪੂਰੇ ਲੋਕਾਂ ਨੂੰ ਉਹਨਾਂ ਤੱਕ ਲੈ ਕੇ ਜਾਣ ਵਾਲੇ ਤੇ ਉਹਨਾਂ ਨੂੰ ਐਕਟਿਵ ਕਰਨ ਵਾਲੇ ਪਿੰਡ ਆਲਮਾਲਾ ਤੋਂ ਇਹ ਪ੍ਰਧਾਨ ਨੇ ਤੇ ਵੀਡੀਓ ਵੇਖਣ ਵਾਲੇ ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਲੱਖਾ ਸ਼ਰਮਾ ਬੀਕੇਯੂ ਰਾਜੇਵਾਲ ਜ਼ਿਲ੍ਹਾ ਵਾਈਸ ਪ੍ਰਧਾਨ ਜਥੇਬੰਦੀ ਚ ਕੰਮ ਕਰਦੇ ਆਂ ਜੀ ਕਿਸਾਨਾਂ ਲਈ ਕਿਰਤੀ ਜਮਾਤ ਲਈ ਤੇ ਬਸ ਇਹੀ ਦੱਸਣਾ ਚਾਹੁੰਦੇ ਆਂ ਵੀ ਸਾਰੇ ਭਰਾ ਇਸ ਕਰਕੇ ਜਾਣਦੇ ਆ ਕਿ ਮਲੋੜ ਚ ਬਹੁਤ ਵੱਡੀ ਘਟਨਾ ਹੋਈ ਸੀ ਜਿਹਦੇ ਚਰਚੇ ਹੋਏ ਆ ਭਾ ਜੀਪੀ ਦੇ ਨਰੰਗ ਰੰਗ ਜੀ ਐਮਐਲਏ ਆਏ ਸੀਗੇ ਉਦੋਂ ਤੇ ਸਾਡੀ ਜਥੇਬੰਦੀ ਬੰਨੀਓ ਸਾਨੂੰ ਹੁਕਮ ਸੀਗਾ ਸੰਯੁਕਤ ਮੋਰਚੇ ਬੰਨੀਓ ਵੀ ਘਰਾਓ ਕਰਨਾ ਬੀਜੇਪੀ ਦੀ ਲੀਡਰਸ਼ਿਪ ਦਾ ਅਸੀਂ ਉਹਨਾਂ ਦਾ ਘਰਾਓ ਕਰਨ ਲਈ ਜਦੋਂ ਮਲੋਟ ਪਹੁੰਚੇ ਤੇ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਅਸੀਂ ਐਮਐਲਏ ਪ੍ਰਸ਼ਾਸਨ ਰਾਹੀਂ ਜਦੋਂ ਸਾਡੀ ਗੱਲਬਾਤ ਚੱਲੀ ਅਸੀਂ ਐਮਐਲਏ ਨਰੰਗ ਨੂੰ ਕਿਹਾ ਵੀ ਤੁਸੀਂ ਕਹਿ ਦਿਓ ਵੀ ਇਹ ਕਾਨੂੰਨ ਹੈ ਜਿਹੜੇ ਇਹ ਲੋਕ ਮਾਰੂ ਹੈ ਉਹਨਾਂ ਤਾਈਂ ਪਤਾ ਨਹੀਂ ਮੈਸੇਜ ਲੱਗਿਆ ਕਿ ਨਹੀਂ ਲੱਗਿਆ ਉਹਨਾਂ ਨੇ ਨਹੀਂ ਕਿਹਾ ਫੇਰ ਦੁਬਾਰਾ ਮੈਸੇਜ ਦਿੱਤਾ ਉਹਨਾਂ ਨੂੰ ਵੀ ਕਹਿ ਰਹੇ ਉਹ ਵੀ ਮੈਂ ਦੁਬਾਰਾ ਸ਼੍ਰੀ ਮੁਕਸਰ ਸਾਹਿਬ ਜਿਲ੍ਹੇ 'ਚ ਰੋਟੀਆਂ ਸਿੱਕ ਰਾਜਨੀਤਿਕ ਰੋਟੀਆਂ ਸਿੱਕ ਨਾ ਸੀ ਬੀਜੇਪੀ ਵਾਲੇ ਨਹੀਂ ਆਉਂਦੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਵੀ 5 ਵਜੇ ਤੱਕ ਅਸੀਂ ਉੱਠ ਜਾਾਂਗੇ ਸਾਡਾ ਮਕਸਦ ਇਹ ਆ ਵੀ ਬੀਜੇਪੀ ਕਹਿ ਰਹੀ ਆ ਵੀ ਜਿਹੜਾ ਲੋਕ ਸਾਡੇ ਨਾਲ ਆ ਲੋਕ ਇਹਨਾਂ ਕਾਨੂੰਨਾਂ ਤੋਂ ਖੁਸ਼ ਐ ਇਹ ਮੰਨ ਲਾ ਵੀ ਕੁਝ ਲੋਕ ਹੀ ਆ ਜਿਹੜੇ ਸਾਡਾ ਵਿਰੋਧ ਕਰਦੇ ਪਰ ਅਸੀਂ ਉੱਥੇ ਦੱਸਣਾ ਚਾਹੁੰਦੇ ਸੀ ਵੀ ਨਹੀਂ ਬਹੁਤੇ ਲੋਕ ਜਿੰਨੇ ਕੁ ਅਵੇਅਰ ਲੋਕ ਸੀ ਜਾਗਰਕ ਲੋਕ ਸੀ ਬਹੁਤਾਤ ਲੋਕ ਵੀ ਇਹਦੇ ਵਿਰੁੱਧ ਆ ਅਸੀਂ ਇਹੀ ਜਿਤਾਉਣ ਗਏ ਸੀ ਉੱਥੇ ਇਹੀ ਦੱਸਣ ਗਏ ਸੀ ਬੀਜੇਪੀ ਦੇ ਲੀਡਰਾਂ ਨੂੰ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਅਸੀਂ ਕਿਹਾ ਸੀ 5 ਵਜੇ ਤੱਕ ਅਸੀਂ ਇਹਨਾਂ ਦਾ ਘਰਾਓ ਕਰਾਂਗੇ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਪਹਿਲਾਂ ਬਾਹਰ ਕੱਢਤਾ ਉਸ ਤੋਂ ਬਾਅਦ ਦੀ ਜੋ ਘਟਨਾ ਹੋਈ ਸਾਰੀ ਤੁਸੀਂ ਵੇਖੀ ਆ ਉਸ 'ਚ 357 ਵਰਗੀਆਂ ਸੰਗੀਨ ਧਾਰਾ ਲੱਗੀਆਂ ਨਹੀਂ ਪਰ ਉੱਥੇ ਜੋ ਦਰਘਟਨਾ ਹੋਈ ਸਾਰਾ ਕੁਛ ਨਾ ਤੇ ਉਹਦੇ ਵਿੱਚ ਕਹਿੰਦੇ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ ਪਰ ਤੁਸੀਂ ਉਹ ਜੋ ਦਰ ਘਟਨਾ ਹੋਈ ਉਹਨੂੰ ਸਾਰਾ ਸਹੀ ਮੰਨਦੇ ਹੋ ਨਹੀਂ ਅਸੀਂ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਅਸੀਂ ਤਾਂ ਉਹਨਾਂ ਦੀਆਂ ਨੀਤੀਆਂ ਨੂੰ ਨੰਗਿਆ ਕਰਨਾ ਸੀ ਅਸਲੀ ਤਾਂ ਸਾਡਾ ਪਰਪਸ ਇਹ ਸੀ ਜਥੇ ਬੰਦਿਆਂ ਦਾ ਵੀ ਅਸੀਂ ਜਿਹੜੀਆਂ ਉਹਨਾਂ ਦੀਆਂ ਲੋਕਮਾਰੂ ਨੀਤੀਆਂ ਹਨ ਰਾਜਨੀਤਿਕ ਲੋਕਾਂ ਦੀਆਂ ਜਾਂ ਭਾਜਪਾ ਦੀਆਂ ਅਸੀਂ ਉਹਨਾਂ ਨੂੰ ਲੋਕਾਂ 'ਚ ਲੈ ਕੇ ਜਾਣ ਲਈ ਉਹਨਾਂ ਨੂੰ ਨੰਗੇ ਕਰਨਾ ਸੀ ਉਹ ਇੱਕ ਘਟਨਾ ਹੋਈ ਕੋਈ ਪ੍ਰੀਪਲਾਨ ਘਟਨਾ ਨਹੀਂ ਸੀ ਉਹ ਨਹੀਂ ਜੋ ਉਥੇ ਜੋਦਰ ਘਟਨਾ ਹੋਈ ਹੈ ਉਥੇ ਉਹ ਕੀ ਉਹ ਜਥੇਬੰਦੀ ਦੇ ਲੋਕ ਹੀ ਸੀਗੇ ਜਾਂ ਬਾਹਰੋਂ ਕੋਈ ਹੋਰ ਲੋਕ ਸੀਗੇ ਨਹੀਂ ਸਾਰੇ ਕਿਸਾਨ ਲੋਕ ਸੀ ਸਾਡੇ ਨਾਲ ਸਾਡੇ ਜ਼ਿਲ੍ਹੇ ਦੀ ਟੀਮ ਵੀ ਸੀਗੀ ਇਹਦੇ ਚ ਆਪਣੇ ਹਲਕੇ ਦੇ ਲੋਕ ਸੀ ਆਪਣੇ ਪਿੰਡਾਂ ਦੇ ਲੋਕ ਸੀ ਸਾਰੇ ਤੇ ਅਸੀਂ ਮੈਸੇਜ ਕਨਵੇ ਕੀਤਾ ਸੀ ਉਥੇ ਉਹ ਪਹੁੰਚੇ ਸਾਰੇ ਤੇ ਉਹ ਇੱਕ ਹਾਦਸਾ ਸੀ ਉਹ ਇੱਕ ਹਾਦਸਾ ਸੀ ਜਦੋਂ ਉਹਨੇ ਜਬਰੀ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਤੇ ਲੋਕ ਅਗਰੈਸਿਵ ਸੀਗੇ ਲੋਕਾਂ ਚ ਰੋਸ ਸੀ ਸਰਕਾਰ ਦੇ ਪ੍ਰਤੀ ਕਿਉਂਕਿ ਜਿਹੜੇ ਐਡੇ ਵੱਡੇ ਜਿਹੜੇ ਲੋਕ ਮਾਰੂ ਪੂਰੇ ਭਾਰਤ ਦੀ ਕਿਸਮਤ ਨੂੰ ਮੰਨ ਲਾ ਵੀ ਡਬੋਣ ਵਾਲੇ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਸੀਗੇ ਤੇ ਉਹਦਾ ਗੁੱਸਾ ਬਹੁਤ ਸੀ ਲੋਕਾਂ 'ਚ ਤੇ ਉਹਦਾ ਹਸ਼ਰ ਹੋਇਆ ਵੀ ਉਹਨੂੰ ਨੰਗਾ ਕਰ ਦਿੱਤਾ ਗਿਆ ਨਹੀਂ ਜਿਵੇਂ ਨੰਗਾ ਕਰ ਦਿੱਤਾ ਚਲੋ ਉਹਨਾਂ ਨੂੰ ਕੁੱਟਿਆ ਜੋ ਮਾਰਿਆ ਉਸ ਤੋਂ ਬਾਅਦ ਜੋ ਵੀ ਲੋਕ ਸੀਗੇ ਉਹਨਾਂ ਨੇ ਆਪਣੇ ਆਪ 'ਚ ਮਹਿਸੂਸ ਕੀਤਾ ਵੀ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜਾਂ ਇਦਾਂ ਕਰਨਾ ਚਾਹੀਦਾ ਸੀ ਦੇਖੋ ਜਦੋਂ ਕੋਈ ਜ਼ਬਰ ਜ਼ੁਲਮ ਦਾ ਅੰਤ ਹੋ ਜਾਂਦਾ ਨਾ ਮੰਨ ਲਾ ਉਦੋਂ ਰਸਤੇ ਕੀ ਬਚਦੇ ਆ ਲੋਕਾਂ ਦਾ ਫਿਰ ਕਿਤੇ ਨਾ ਕਿਤੇ ਤਾਂ ਗੁੱਸਾ ਨਿਕਲਦਾ ਹੀ ਹੈ ਦੇਖੋ ਅਸੀਂ ਹਿੰਸਾ ਦੇ ਹਿੰਸਾਵਾਦੀ ਨਹੀਂਗੇ ਅਸੀਂ ਹਿੰਸਾ ਨੂੰ ਕੋਈ ਇਹ ਨਹੀਂ ਆ ਦੇ ਵੀ ਬਹੁਤ ਪ੍ਰਮੋਟ ਕਰਦੇ ਆ ਅਸੀਂ ਤਾਂ ਲੋਕਾਂ ਨੂੰ ਜਗਾਉਣ ਦਾ ਕੰਮ ਕਰਦੇ ਆ ਪਰ ਜਦੋਂ ਲੋਕਾਂ ਨੂੰ ਲਗਾਤਾਰ ਨਿਰੰਤਰ ਜਿਹੜੀਆਂ ਆਪਣੇ ਰਾਜਨੀਤਿਕ ਦਾਲਾ ਜੋ ਸਤਾਧਾਰੀ ਲੋਕ ਆ ਉਂਜੀਪਤੀ ਲੋਕ ਆ ਸਾਮਰਾਜਵਾਦੀ ਲੋਕ ਆ ਉਹ ਆਪਦੀ ਤਾਕਤ ਨਾਲ ਦਬਾਈ ਜਾਣਗੇ ਦਬਾਈ ਜਾਣਗੇ ਉਹਨੂੰ ਕੁੱਟੀ ਜਾਣਗੇ ਲੁੱਟੀ ਜਾਣਗੇ ਲਤਾੜੀ ਜਾਣਗੇ ਕਿਰਤੀ ਜਮਾਤ ਤੇ ਲਗਾਤਾਰ ਹੱਕਾਂ ਤੇ ਡਾਕੇ ਹੀ ਪਏ ਜਾਣਗੇ ਤੇ ਫਿਰ ਜਿਹੜਾ ਲੋਕ ਰੋਹ ਹੈ ਨਾ ਉਹ ਕਈ ਵਾਰੀ ੜਕ ਜਾਂਦਾ ਇਹ ਉਹਦਾ ਨਤੀਜਾ ਸੀ ਪਰ ਇਸੇ ਆਪ ਇਸੇ ਨਾ ਕਿਸੇ ਹਾਦਸੇ ਤੱਕ ਆਪਾਂ ਇਹ ਕਹਿੰਦੇ ਵੀ ਕੁਝ ਲੋਕ ਆਪਣੇ ਨਾਲ ਜੁੜੇ ਹੋਏ ਆ ਜਨ ਲੋ ਕਿਸਾਨ ਜਥੇਬੰਦੀਆਂ ਪਰ ਆਪਣੇ ਨਾਲ ਦੂਜੇ ਬਾਹਰੀ ਸਟੇਟ ਦੇ ਲੋਕ ਜਾਂ ਹੋਰ ਕਿਤੇ ਦੇ ਲੋਕ ਵੀ ਆਪਣੇ ਨਾਲ ਜੁੜੇ ਹੋਏ ਸੀ ਪਰ ਜਦੋਂ ਉਹ ਜਿਹੜਾ ਸਾਰਾ ਉਹਨਾਂ ਨੇ ਦੇਖਿਆ ਵੀ ਇਸ ਤਰ੍ਹਾਂ ਕੱਪੜੇ ਪਾੜਤੇ ਜੋ ਕੁਝ ਵੀ ਹੋ ਗਿਆ ਹਨਾ ਤੇ ਉਦੋਂ ਫਿਰ ਉਹ ਆਪਣੇ ਨਾਲੋਂ ਥੋੜਾ ਜਿਹਾ ਸਖੌਣ ਲੱਗ ਗਏ ਹਨਾ ਵੀ ਇਹ ਤਾਂ ਇਸ ਤਰ੍ਹਾਂ ਕੰਮ ਕਰਦੇ ਨੇ ਤੇ ਫਿਰ ਉਹ ਲੋਕ ਵੀ ਤਾਂ ਆਪਣੇ ਤੋਂ ਥੋੜਾ ਬਹੁਤ ਦੂਰ ਗਈ ਹੈ ਇਸ ਐਕਟੀਵਿਟੀ ਨਾਲ ਨਹੀਂ ਮੈਂ ਤਾਂ ਨਹੀਂ ਮੰਨਦਾ ਲੋਕ ਦੇਖੋ ਇਸ ਤੋਂ ਬਾਅਦ ਬਹੁਤ ਸਾਰੀ ਜਗ੍ਹਾ ਤੇ ਵਿਰੋਧ ਹੋਇਆ ਹਰਿਆਣੇ 'ਚ ਵੀ ਹੋਇਆ ਹੋਰਾਂ ਸਟੇਟਾਂ ਇਹਨਾਂ ਨੇ ਕੀ ਕੀਤਾ ਖੱਟੜ ਸਰਕਾਰ ਨੇ ਨਹਿਰਾਂ ਪੱਟੀਆਂ ਉੱਥੇ ਲੋਕਾਂ ਨੂੰ ਕੁੱਟਿਆ ਬੀਬੀਆਂ ਤੇ ਲਾਠੀ ਚਾਰਜ ਹੋਇਆ ਜਦੋਂ ਖੱਟੜ ਦਾ ਜਹਾਜ਼ ਨਹੀਂ ਉਤਰਨ ਦਿੱਤਾ ਜਦੋਂ ਚਟਾਲੇ ਵਾਲਿਆਂ ਦਾ ਜਹਾਜ਼ ਨਹੀਂ ਉਤਰਨ ਦਿੱਤਾ ਲੋਕਾਂ ਨੇ ਹੁਣ ਇੱਥੇ ਪਿੱਛੇ ਜਿਹੜਾ ਹੈਗਾ ਯੂਪੀ ਦੇ ਉਹਨਾਂ ਦੇ ਮੰਤਰੀਆਂ ਨੇ ਦਰੜ ਕੇ ਮਾਰਤੇ ਸਾਡੇ ਲੋਕ ਸ਼ਹੀਦ ਕਰਤੇ ਕਿਸਾਨ ਪ੍ਰੋਟੈਸਟ ਕਰਦੇ ਕੀ ਇਹਨਾਂ ਦਾ ਜਾਇਜ਼ ਹੈ ਚਲੋ ਠੀਕ ਹੈ ਇਹ ਆਪਾਂ ਸਾਰਾ ਹੁਣ ਦੇਖਦੇ ਪਰ ਜਦੋਂ ਤੁਹਾਡੇ ਤੇ 307 ਦੇ ਪਰਚੇ ਹੋ ਗਏ ਤੇ ਤੁਹਾਡੇ ਨਾਲ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜ ਕੇ ਖੜੇ ਰਹੇ ਤੁਹਾਡੇ ਨਾਲ ਵੀ ਇਹ ਤੁਹਾਨੂੰ ਕੀ ਮਹਿਸੂਸ ਹੋਇਆ ਉਦੋਂ ਲੋਕਾਂ ਨੇ ਬਹੁਤ ਸਾਥ ਦਿੱਤਾ ਬਾਈ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ ਸਾਰੇ ਨਗਰ ਨੇ ਸਾਥ ਦਿੱਤਾ ਔਰ ਆਪਦਾ ਮੰਨ ਲਾ ਬੱਚਿਆਂ ਵਾਂਗੂ ਰੱਖਿਆ ਔਰ ਪਰਿਵਾਰ ਦਾ ਸਾਥ ਵੀ ਸੀ ਜਿੱਥੇ-ਜਿੱਥੇ ਵੀ ਕੋਈ ਮਿਲੇ ਤੇ ਅੱਗੇ ਜਦੋਂ ਅਸੀਂ ਦਿੱਲੀ ਜਾਵੜੇ ਉਸ ਤੋਂ ਘਟਨਾ ਤੋਂ ਬਾਅਦ ਫਿਰ 5 ਤਰੀਕ ਨੂੰ ਪੇਸ਼ ਹੋਏ ਲੋਕਾਂ ਨੇ ਪੂਰਾ ਹੀ ਸਾਥ ਦਿੱਤਾ ਜਥੇਬੰਦਗਾਂ ਨੇ ਵੀ ਸਾਥ ਦਿੱਤਾ ਤੇ ਜੇਲ੍ਹ ਚ ਵੀ ਲੋਕਾਂ ਨੇ ਬਹੁਤ ਸਾਥ ਦਿੱਤਾ। ਜੇਲ੍ਹ ਦੇ ਵਿੱਚ ਤੁਸੀਂ ਕਿੰਨੇ ਦਿਨ ਲਾ ਕੇ ਆ? 1 ਮਹੀਨਾ ਤੇ ਕੁਝ ਕੁ ਦਿਨ ਲੱਗੇ ਸੀ ਜੀ ਮੇਰੀ ਸਾਡੀ ਤਿੰਨ ਜਾਨਿਆਂ ਦੀ ਲਾਸਟ ਤੇ ਜਮਾਨਤ ਹੋਈ ਸੀਗੀ। ਹੁਣ ਜੋ ਕੇਸ ਸੀਗੇ ਉਹ ਵਾਪਸ ਲੈ ਲੈ ਕੇ ਚੱਲ ਰਹੇ ਨੇ। ਨਹੀਂ ਉਹ ਤਾਂ ਪ੍ਰੋਸੈਸ ਚ ਹੀ ਹੈ ਜੀ ਹਲੇ ਜੋ ਐਲਾਨ ਕੀਤਾ ਸਰਕਾਰ ਨੇ ਵੀ ਜਿੰਨੇ ਵੀ ਇਹ ਪਰਚੇ ਰੱਦ ਹੋਣਗੇ। ਚਲੋ ਉਹ ਕੋਈ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੋਣਗੇ ਹੋਣਗੇ ਨਹੀਂ ਨਾ ਹੋਣਗੇ ਜਦੋਂ ਸਰਕਾਰਾਂ ਦੇ ਵਿਰੁੱਧ ਲੜਨਾ ਹੈ। ਤੇ ਸਰਕਾਰਾਂ ਨੂੰ ਤਾਂ ਫਿਰ ਇਹੀ ਤੋਹਫੇ ਮਿਲਦੇ ਆ ਜੇਲ੍ਹ ਦੇ ਵਿੱਚ ਕੋਈ ਨਵਾਂ ਐਕਸਪੀਰੀਅੰਸ ਕਿਉਂਕਿ ਤੁਸੀਂ ਤਾਂ ਪਹਿਲੀ ਵਾਰ ਹੀ ਗਏ ਹੋ ਚਲੋ ਜੇਲ੍ਹ ਦੇ ਵਿੱਚ ਕਹਿੰਦੇ ਹੁੰਦੇ ਨਾ ਕਿ ਮਾੜੇ ਲੋਕ ਜਾਂਦੇ ਪਰ ਕੋਈ ਬੰਦੇ ਚੰਗੇ ਸੰਘਰਸ਼ ਆਲੇ ਜਾਂਦੇ ਉਹ ਚੰਗੇ ਕੰਮ ਲਈ ਜਾਂਦੇ ਹਨਾ ਉਹਦੇ ਵਿੱਚ ਕੋਈ ਨਵਾਂ ਐਕਸਪੀਰੀਅੰਸ ਵਧੀਆ ਤਜਰਬਾ ਸੀਗਾ ਜਿੰਨਾ ਕਿ ਦਿਨ ਰਹੇ ਅਸੀਂ ਉੱਥੇ ਮਹਾਰਾਜ ਦੀ ਕਿਰਪਾ ਸੀ ਉਹ ਤੇ ਇੱਕ ਗੱਲ ਬਈ ਜਦੋਂ ਮੈਂ ਜੇਲ੍ਹ ਚ ਐਂਟਰ ਹੋਇਆ ਯਾਦ ਆਈ ਵੀ ਦੁੱਖ ਦੁੱਖਦਾਰੂ ਸੁਖ ਰੋਗ ਭਇਆ ਐਕਚੁਅਲੀ ਕੀ ਆ ਉੱਥੇ ਫ੍ਰੀ ਸੀਗੇ ਸਵੇਰ ਇਸ਼ਨਾਨ ਕਰਕੇ ਗੁਰੂ ਘਰ ਜਾਵੜਦੇ ਸੀਗੇ ਉਥੇ ਬਾਬਾ ਜੀ ਸੀਗੇ ਕਾਲਾ ਕਾਲਾ ਸਿੰਘ ਜੀ ਸੋਹਣੇ ਵਾਲੇ ਤੋਂ ਗੁਰਸਿੱਖ ਸੀਗੇ ਟਕਸਾਲ ਦੇ ਪੜ੍ਹੇ ਸੀਗੇ ਬੜੇ ਸਿੱਖੀ ਸਿਧਾਂਤਾਂ ਵਾਲੇ ਸੀਗੇ ਉਹ ਉਥੇ ਸਾਨੂੰ ਮਿਲੇ ਉਹਨਾਂ ਦਾ ਰੋਟੀ ਪਾਣੀ ਦਾ ਸਾਨੂੰ ਉਥੋਂ ਪੂਰਾ ਹੀ ਪ੍ਰਬੰਧ ਕਰਕੇ ਦਿੱਤਾ ਸਾਨੂੰ ਇਸ਼ਨਾਨ ਪਾਣੀ ਦਾ ਜੋ ਵੀ ਚਾਹੀਦਾ ਸੀ ਬੜਾ ਪਰਿਵਾਰ ਵਾਂਗੂ ਸੰਭਾਲਿਆ ਉਥੇ ਹੋਰ ਬਹੁਤ ਸਾਰੇ ਮਿੱਤਰ ਬਣੇ ਸਾਡੇ ਜੇਲ੍ਹ ਚ ਮੁੰਡੇ ਚੰਗੇ ਚੰਗੇ ਮੁੰਡੇ ਆ ਚਲੋ ਕਿਸੇ ਕਾਰਨ ਉਹ ਬੈਠੇ ਆ ਜਾਂ ਸਿਰਫ ਅਸੀਂ ਜਿਹੜੇ ਡਰੱਗੀ ਬੰਦੇ ਸੀ ਜਾਂ ਨਸ਼ੇੜੀ ਬੰਦੇ ਸੀ ਗੋਲੀਆਂ ਕੱਪਿਆਂ ਵਾਲੇ ਉਹਨਾਂ ਕੋਲੇ ਨਹੀਂ ਗਏ ਬਾਕੀ ਕਈ ਮਸਲਿਆਂ 'ਚ ਮੁੰਡੇ ਸੀਗੇ ਵਾਲੀ-ਵਾਲ ਖੇਡਦੇ ਸੀ ਹੱਥ ਨੇ ਦੋ-ਦੋ ਘੰਟੇ ਅ ਰੋਟੀ ਬਣਾਉਣ ਵਾਲੇ ਮੁੰਡਿਆਂ ਨੂੰ ਮਿਲਦੇ ਸੀਗੇ ਬੈਰਕਾਂ 'ਚ ਕਈਆਂ 'ਚ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਲੋਕ ਆ ਯਾਰ ਉੱਥੇ ਸਾਰਾ ਸਿਸਟਮ ਨਹੀਂ ਉੱਥੇ ਜੋ ਤੁਸੀਂ ਇੰਟਰੈਕਟ ਕੀਤਾ ਬੰਦਿਆਂ ਨਾਲ ਤੁਹਾਨੂੰ ਇਦਾਂ ਲੱਗਿਆ ਵੀ ਉੱਥੇ ਵਧੀਆ ਬੰਦੇ ਨੇ ਹਨਾ ਤੇ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਗਈ ਹੋਣੀ ਪਰ ਉੱਥੋਂ ਤੁਹਾਨੂੰ ਕੀ ਲੱਗਿਆ ਵੀ ਉਹ ਜੋ ਨੌਜਵਾਨ ਸੀਗੇ ਕਿ ਜਿਆਦਾ ਜਿਆਦਾ ਉਮਰ ਵਾਲੇ ਸੀਗੇ ਨਹੀਂ ਨੌਜਵਾਨ ਬਹੁਤ ਨੌਜਵਾਨ ਸੀਗੇ ਕੋਈ ਕਤਲ ਦੇ ਮਾਮਲੇ ਸੀ ਆਪਸੀ ਜ਼ਮੀਨੀ ਕਰਕੇ ਸੀਗੇ ਝਗੜਿਆ ਕਰਕੇ ਕੁਸ਼ਕ ਮਨ ਲਾ ਡਰਗ ਵਾਲੇ ਵੀ ਸੀਗੇ ਮਨ ਲਾ ਕੋਈ ਜਿਵੇਂ ਮੁੰਡੇ ਇੱਕ ਦੋ ਵਿੱਚ ਸੀਗੇ ਕੋਈ ਹੋਰ ਕਿਸੇ ਨਾਲ ਗਏ ਤਾਂ ਦੇਖੋ ਜੇਲ੍ਹ ਤੱਕਲਾ ਕ੍ਰਾਈਮ ਕਰਕੇ ਜਾਂਦਾ ਕੋਈ ਨਾ ਕੋਈ ਤੇ ਗੰਮਪਨ ਕਰਕੇ ਤਾਂ ਕੋਈ ਜਾਣਦਾ ਨਹੀਂ ਪਰ ਕੋਈ ਹਾਦਸੇ ਜ਼ਿੰਦਗੀ ਚ ਨਾ ਘਟਨਾਵਾਂ ਘਟ ਜਾਂਦੀਆਂ ਤੇ ਜਾਣਾ ਪੈ ਜਾਂਦਾ ਪਰ ਉੱਥੇ ਜਿਹੜਾ ਪ੍ਰਸ਼ਾਸਨ ਸੀਗਾ ਮੰਨ ਲਓ ਪ੍ਰਸ਼ਾਸਨ ਨੇ ਸਾਥ ਦਿੱਤਾ ਤੁਹਾਡਾ ਹਾਂ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਜੋ ਉਸ ਸਮੇਂ ਦੇ ਜੇਲ ਸੁਪਰਡੈਂਟ ਸੀ ਡਿਪਟੀ ਸਾਹਿਬ ਸੀ ਖਾਸ ਕਰਕੇ ਸਾਨੂੰ ਤਾਂ ਥੋੜਾ ਜਿਹਾ ਸੌਖ ਲੱਗੀ ਵੀ ਜਿਹੜੇ ਕਿਸਾਨੀ ਸੀਗੇ ਨਾ ਜਥੇਬੰਦੀ ਕਰਕੇ ਸਾਨੂੰ ਹਰ ਇੱਕ ਨੇ ਮੰਨ ਲਾ ਪਿਆਰ ਸਤਿਕਾਰ ਦਿੱਤਾ ਇੱਕ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀ ਉਹਦੇ ਵੀ ਅਸੀਂ ਕਹਿ ਨਹੀਂ ਸਕਦੇ ਵੀ ਤੁਸੀਂ ਵਧੀਆ ਕੰਮ ਕੀਤਾ ਸਾਨੂੰ ਤਾਂ ਸਾਰਿਆਂ ਨੇ ਅਪਰੀਸ਼ੀਏਟ ਹੀ ਕੀਤਾ ਸ਼ਾਬਾਸ਼ੀ ਦਿੱਤੀ ਇਸ ਗੱਲ 'ਚ ਤੇ ਰਏ ਵੀ ਵਧੀਆ ਉੱਥੇ ਭਰਾਵਾਂ ਵਾਂਗੂ ਸਾਡੇ ਨਾਲ ਕੋਈ ਦਿੱਕਤ ਨਹੀਂ ਆਈ ਮਿੱਤਰਾਂ ਉੱਥੇ ਅਗਲਾ ਪਾਪੇ